ਮੈਂ ਸਚਿਨ ਪੰਧੇਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ। ਦੇਖੋ, ਅੱਜ ਕੇਬਲ ਓਪਰੇਟਰ ਆਏ ਸੀਗੇ, ਉਹਨਾਂ ਨੇ ਕਿਹਾ ਵੀ ਅਸੀਂ ਰੁਜ਼ਗਾਰ ਕਰਦੇ ਹਾਂ, ਇਸ ਤੋਂ ਰੋਟੀ ਖਾਂਦੇ ਹਾਂ, 10,000 ਪਰਿਵਾਰ ਸਾਡੇ ਨਾਲ ਜੁੜਿਆ ਹੋਇਆ ਵਾ, ਥਾਂ ਥਾਂ ਤੋਂ ਜਿਹੜੀਆਂ ਸਾਡੀਆਂ ਕਹਿੰਦੇ ਕੇਬਲਾਂ ਕੱਟੀਆਂ ਜਾਂਦੀਆਂ ਵਾ, ਅਸੀਂ CCTV ਦੀਆਂ ਫੋਟੇਜ਼ ਵੀ ਵਿਖਾਲਦੇ ਹੈਗੇ ਹਾਂ, ਪਰ ਕੋਈ ਕਾਰਵਾਈ ਉਹਨਾਂ ਦੇ ਖਿਲਾਫ਼ ਨਹੀਂ ਹੁੰਦੀ ਅਤੇ ਸਾਡਾ ਜਿਹੜਾ ਮੇਨ ਪੈਸਾ ਵੀ ਇਹਦੇ ਵਿੱਚ ਨਸ਼ਟ ਹੋ ਰਿਹਾ ਹੈਗਾ ਅਤੇ ਪੋਲੀਟੀਕਲ ਵੰਡੇਟਾ ਤਹਿਤ ਸਾਨੂੰ ਕੀਤਾ ਜਾ ਰਿਹਾ ਵਾ, ਤੰਗ ਕੀਤਾ ਜਾ ਰਿਹਾ। ਤਾਂ ਅਸੀਂ ਸਾਰੇ ਪ੍ਰਸ਼ਾਸਨ ਨੂੰ, ਪੰਜਾਬ ਸਰਕਾਰ ਨੂੰ ਕਹਿੰਦੇ ਹਾਂ ਵੀ ਜਿਹੜੀਆਂ ਵੀ ਹਦਾਇਤਾਂ ਮਿਨਿਸਟਰੀ ਆਫ ਬ੍ਰੋਡਕਾਸਟਿੰਗ ਦੀਆਂ ਵਾ, ਜੇ ਉਹ ਸਾਰੀਆਂ ਪੂਰੀਆਂ ਕਰ ਰਹੇ ਆ ਤਾਂ ਮੈਨੂੰ ਲੱਗਦਾ ਵੀ ਉਹਨੂੰ ਤੰਗ ਨਹੀਂ ਕਰਨਾ ਚਾਹੀਦਾ। ਜਥੇਬੰਦੀ ਕੇਬਲ ਓਪਰੇਟਰਾਂ ਦੇ ਇਸ ਅੰਦੋਲਨ ਦੀ ਹਮਾਇਤ ਕਰੂਗੀ ਵੀ ਉਹਨਾਂ ਨੂੰ ਨਜਾਇਜ਼ ਜਿਹੜਾ ਵਾ ਤੰਗ ਨਾ ਕੀਤਾ ਜਾਵੇ। ਉਹਨਾਂ ਦੇ ਕਾਰੋਬਾਰ ਖੋਏ ਜਾ ਰਹੇ ਆ। ਮੈਨੂੰ ਵੀ ਲੱਗਦਾ ਜਦੋਂ ਮਿਨਿਸਟਰੀ ਆਫ ਬ੍ਰੋਡਕਾਸਟਿੰਗ ਦੀ ਕੋਈ ਵੀ ਮਹਿਕਮਾ ਫੋਲੋ ਅਪ ਕਰਦਾ ਤਾਂ ਮੈਨੂੰ ਲੱਗਦਾ ਜੇ ਕੋਈ ਕਾਨੂੰਨ ਦੇ ਅਗੇਂਸਟ ਆ ਫਿਰ ਤਾਂ ਕਾਰਵਾਈ ਕੀਤੀ ਜਾਵੇ। ਜੇ ਸਾਰੇ ਨਿਯਮ ਭਾਰਤ ਸਰਕਾਰ ਦੇ ਬ੍ਰੋਡਕਾਸਟਿੰਗ ਮਿਨਿਸਟਰੀ ਦੇ ਪੂਰੇ ਹੋ ਰਹੇ ਆ ਤਾਂ ਮੈਨੂੰ ਲੱਗਦਾ ਨਿੱਜੀ ਤੌਰ 'ਤੇ ਤੰਗ ਨਹੀਂ ਕਰਨਾ ਚਾਹੀਦਾ। ਦੇਖੋ, ਕੋਈ ਵੀ ਜਿਵੇਂ ਲਾ ਕਹਿੰਦਾ ਵੀ ਕੋਈ ਵੀ ਇਸ ਕੰਮ 'ਚ ਆ ਸਕਦਾ, ਆ ਜੇ ਕੋਈ ਦਿੱਕਤ ਨਹੀਂ ਹੈਗੀ, ਪਰ ਗੈਰ ਅਸੂਲੀ ਢੰਗ ਵਰਤ ਕੇ ਕੋਈ ਤਾਕਤ ਦੀ ਵਰਤੋਂ ਕਰਕੇ ਤੰਗ ਕਰਕੇ ਤਾਂ ਕਿਸੇ ਨੂੰ ਵਪਾਰ ਨਾ ਪੰਜਾਬ 'ਚ ਖੋਇਆ ਜਾਵੇ, ਕਿਉਂਕਿ ਇਹਨਾਂ ਨਾਲ ਵੀ ਸਧਾਰਨ ਕੇਬਲ ਓਪਰੇਟਰਾਂ ਨਾਲ ਲੋਕ ਜੁੜੇ ਹੋਏ ਆ। ਸਾਨੂੰ ਵੀ ਪਤਾ, ਸਾਡੇ ਪਿੰਡਾਂ 'ਚੋਂ ਮੁੰਡੇ ਆਉਂਦੇ ਕੇਬਲ ਦਾ ਕੰਮ ਕਰਦੇ ਆ ਅਤੇ ਕੋਈ 8-10 ਹਜ਼ਾਰ ਦੀ ਨੌਕਰੀ ਹੁੰਦੀ ਆ ਅਤੇ ਸਾਰਿਆਂ ਦੇ ਪਰਿਵਾਰ ਪਲਦੇ ਆ। ਅਸੀਂ ਵੇਖੋ, ਹਮੇਸ਼ਾ ਮੋਰਾਰਲੀ ਇਹਨਾਂ ਦੇ ਨਾਲ ਰਹੇ ਹਾਂ, ਹਮੇਸ਼ਾ ਕਿਤੇ ਵੀ ਪੰਜਾਬ 'ਚ ਧੱਕਾ ਹੁੰਦਾ ਇਹਨਾਂ ਨਾਲ ਵੀ ਖੜਾਂ, ਕਿਸੇ ਹੋਰ ਨਾਲ ਵੀ ਖੜਾਂਗੇ ਵੀ ਅਜਿਹਾ ਕੰਮ ਨਹੀਂ ਹੋਣਾ ਚਾਹੀਦਾ।